ਤੁਹਾਡਾ ਕਹਿਣਾ ਹੈਗਾ ਕਿ BSF ਜਿਹੜੀ ਹੈਗੀ ਆ ਉਹ ਹਥਿਆਰ ਟਪਾਉਂਦੀ ਹੈ, ਇਹ ਬਿਆਨ ਵੱਡਾ ਹੈਗਾ ਔਰ ਵੱਡੇ ਇਲਜ਼ਾਮ। ਅੱਤਵਾਦ ਖਤਮ ਹੋ ਗਿਆ ਤੇ ਚਿੱਟਾ ਕਿਉਂ ਨਹੀਂ ਖਤਮ ਹੋ ਸਕਦਾ? ਕਾਂਗਰਸ ਸੱਤਾ ਦੇ ਵਿੱਚ ਰਹੀ ਉਦੋਂ ਵੀ ਇਹ ਚੀਜ਼ਾਂ ਆਉਂਦੀਆਂ ਸੀ। ਗੱਲ ਇਹ ਕਿ ਕੁਲਵੀਰ ਸਿੰਘ ਜੀਰਾ ਤਾਂ ਉਦੋਂ ਵੀ ਇਹ ਗੱਲ ਕਹਿੰਦਾ ਰਿਹਾ। ਅੱਜ ਜੀਰੇ ਦੀ ਇੰਟਰਵਿਊ ਲੈ ਰਹੇ ਹੋ, ਅੱਜ ਕੈਪਟਨ ਅਮਰਿੰਦਰ ਸਿੰਘ ਦੇ ਤਾਂ ਬੂਹੇ ਕੋਈ ਨਹੀਂ ਟੱਪਦੇ। ਵਿਰਸਾ ਸਿੰਘ ਮਲਟੋਵਾ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਮੇਰੀ ਤਾਂ ਚੌਥੀ ਪੀੜ੍ਹੀ ਹੈ ਅਤੇ ਵਿਰਸਾ ਸਿੰਘ ਮਲਟੋਵਾ ਵੀ ਜਾਣਦਾ। ਅੱਜ ਸਾਡੇ ਲੋਕਾਂ ਦੇ ਵੀ 302 ਦੇ ਪਰਚੇ ਹੋਏ ਆ, 307 ਦੇ ਪਰਚੇ ਹੋਏ ਆ, ਪਰ ਗੱਲ ਇਹ ਆ ਕਿ ਜੇ 307 ਦੇ ਪਰਚੇ ਹੋਏ ਆ, 302 ਦੇ ਹੋਏ ਆ, ਤਾਂ ਸਾਡੇ ਲੋਕਾਂ ਨੇ ਆਪਦੇ 'ਤੇ ਚੱਲੇ, ਗੁਰੂ ਦਾ ਭਾਣਾ ਮੰਨਿਆ ਨਾ ਕਿ ਗੁਰੂ ਨੂੰ ਲੈ ਕੇ। ਜੀਰਾ ਸਾਹਿਬ, ਇੱਕ ਅੱਜ ਤੁਹਾਡੀ ਸਪੀਚ ਸਾਹਮਣੇ ਆਈ ਸੀਗੀ ਜਿਸ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੀ ਸੀਗੀ ਤੁਸੀਂ ਔਰ ਨਾਲ ਹੀ ਹਥਿਆਰਾਂ ਦੇ ਮੁੱਦੇ ਦੇ ਉੱਤੇ ਗੱਲ ਕਰ ਰਹੀ ਸੀਗੀ, ਜਿੱਥੇ ਤੁਹਾਡਾ ਕਹਿਣਾ ਹੈਗਾ ਕਿ BSF ਜਿਹੜੀ ਹੈਗੀ ਆ ਉਹ ਹਥਿਆਰ ਟਪਾਉਂਦੀ ਹੈ, ਇਹ ਬਿਆਨ ਵੱਡਾ ਹੈਗਾ ਔਰ ਵੱਡੇ ਇਲਜ਼ਾਮ ਕਿਤੇ ਨਾ ਕਿਤੇ ਕਹਿ ਸਕਦੇ। ਗੱਲ ਇਹ ਆ ਕਿ ਜਦੋਂ ਬਾਰਡਰ ਦੇ ਰਾਖੇ ਹੀ ਰਲ ਜਾਣ, ਕਿਉਂਕਿ ਜੇ BSF ਚਾਹੇ ਤਾਂ ਬਾਰਡਰ ਤੋਂ ਮੱਖੀ ਵੀ ਨਹੀਂ ਟੱਪ ਸਕਦੀ, ਔਰ ਜੇ BSF ਦੇ ਹੁੰਦਿਆਂ ਸਾਡੇ ਨੌਜਵਾਨਾਂ ਤੱਕ ਨਸ਼ਾ ਪਹੁੰਚੇ ਜਾਂ ਇਹਨਾਂ ਖੇਤਾਂ 'ਚ, ਪੰਜਾਬ ਦੀਆਂ ਖੇਤਾਂ 'ਚ ਨਸ਼ਾ ਅਤੇ ਡਰੋਨਾਂ ਰਾਹੀਂ ਅਸਲਾ ਪਹੁੰਚੇ, ਤਾਂ ਫਿਰ ਮੈਂ ਨਾ ਕਿਤੇ ਨਲਾਇਕੀ ਤਾਂ ਹੈਗੀ ਆ। ਇਸ ਕਰਕੇ ਮੈਂ ਇਹ ਗੱਲ ਕਹਿੰਦਾ ਕਿ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ, ਔਰ ਜਿਹਦੇ ਏਰੀਏ ਦੇ ਵਿੱਚੋਂ ਡਰੋਨ ਟੱਪਦੇ ਆ ਜਾਂ ਚਿੱਟਾ ਆਉਂਦਾ ਜਾਂ ਅਸਲਾ ਮਿਲਦਾ, ਉਹਦੀ ਡਿਪਾਰਟਮੈਂਟਲ ਇਨਕੁਆਇਰੀ ਖੋਲ੍ਹੀ ਜਾਵੇ, ਤਾਂ ਕਿ ਜੇ ਪੁਲਿਸ ਚਾਹੇ ਤਾਂ ਅੱਤਵਾਦ ਖਤਮ ਹੋ ਗਿਆ ਤਾਂ ਚਿੱਟਾ ਕਿਉਂ ਨਹੀਂ ਖਤਮ ਹੋ ਸਕਦਾ? ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦੀ ਜ਼ਿੰਮੇਵਾਰੀ ਆ ਫਿਕਸ ਹੋਣੀ ਚਾਹੀਦੀ। ਉਹ ਤਾਂ ਹੈਗੀ ਜੀ ਕੇਂਦਰ ਦੀ ਗੱਲ, ਜਦੋਂ ਕਾਂਗਰਸ ਸੱਤਾ ਦੇ ਵਿੱਚ ਰਹੀ ਉਦੋਂ ਵੀ ਇਹ ਚੀਜ਼ਾਂ ਆਉਂਦੀਆਂ ਸੀ। ਗੱਲ ਇਹ ਕਿ ਕੁਲਵੀਰ ਸਿੰਘ ਜੀਰਾ ਤਾਂ ਉਦੋਂ ਵੀ ਇਹ ਗੱਲ ਕਹਿੰਦਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਿਹੜੀ ਆ ਕਿ ਝੂਠੀ ਸੌਂ ਜਿਹੜੀ ਆ ਗੁਟਕਾ ਸਾਹਿਬ ਦੀ ਚੁੱਕੀ। ਅੱਜ ਤੁਸੀਂ ਵੇਖ ਲਓ, ਅੱਜ ਜਿਹੜਾ ਗੁਰੂ ਸਾਹਿਬ ਦੀ ਝੂਠੀ ਸੌਂ ਚੁੱਕਦਾ, ਅੱਜ ਕੈਪਟਨ ਸਾਹਿਬ ਦੇ ਕੀ ਹਾਲਾਤ ਆ? ਅੱਜ ਜੀਰੇ ਦੀ ਇੰਟਰਵਿਊ ਲੈ ਰਹੇ ਹੋ, ਅੱਜ ਕੈਪਟਨ ਅਮਰਿੰਦਰ ਸਿੰਘ ਦੇ ਤਾਂ ਬੂਹੇ ਅੱਗੋਂ ਵੀ ਨਹੀਂ ਟੱਪਦੇ ਤੁਸੀਂ। ਇਹ ਸਾਹਿਬ, ਇੱਕ ਡੋਪ ਟੈਸਟ ਨੂੰ ਲੈ ਕੇ ਤੁਹਾਡੇ ਵੱਲ ਪਿਛਲੇ ਦਿਨ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਦਿੱਤੀ ਗਈ ਸੀਗੀ, ਔਰ ਉਸ ਤੋਂ ਬਾਅਦ 'ਚ ਇੱਕ ਬਿਆਨ ਤੁਹਾਡਾ ਹੋਰ ਸਾਹਮਣੇ ਆਇਆ ਸੀਗਾ ਕਿ ਜੇ ਇਲੈਕਸ਼ਨ ਕਮਿਸ਼ਨ ਜਿਹੜਾ ਤੁਹਾਡੀ ਕਹਿ ਲਓ ਕਿ ਮੰਗ ਹੈਗੀ ਆ ਡੋਪ ਟੈਸਟ ਕਰਵਾਉਣ ਦੀ ਲੋਕ ਸਭਾ ਉਮੀਦਵਾਰਾਂ ਦੇ, ਉਹਦੇ ਉੱਤੇ ਜੇਕਰ ਗੌਰ ਨਹੀਂ ਕਰਦੇ ਤਾਂ ਤੁਸੀਂ ਸੁਪਰੀਮ ਕੋਰਟ ਦਾ ਰੁੱਖ ਕਰੋਗੇ। ਹੁਣ ਤੱਕ ਕੋਈ ਬਿਆਨ ਜਾਂ ਫਿਰ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਰਿਪਲਾਈ? ਉਹਦੇ 'ਚ ਇਹ ਆ ਕਿ ਮੈਂ ਆਪਣੇ ਐਡਵੋਕੇਟ ਨਾਲ ਜਿਹੜੀ ਮੀਟਿੰਗ ਕੀਤੀ ਸੀ, ਔਰ ਉਹਨਾਂ ਨੇ ਐਡਵੋਕੇਟ ਸਾਹਿਬ ਨੇ ਕਿਹਾ ਕਿ ਆਪਾਂ ਇਹਨਾਂ ਨੂੰ ਇੱਕ ਰਿਮਾਈਂਡਰ ਜਿਹੜਾ ਹੋਰ ਦੇਈਏ, ਔਰ ਉਹ ਰਿਮਾਈਂਡਰ ਦੇਣ ਤੋਂ ਬਾਅਦ ਦੇ ਵਿੱਚ ਜਿਹੜਾ ਕਿ ਫਿਰ ਅਸੀਂ ਕੋਰਟ ਦੇ ਵਿੱਚ ਜਾਵਾਂਗੇ, ਤਾਂ ਕਿ ਜਿਹੜੀ ਓਥ ਤੋਂ ਪਹਿਲਾਂ ਜਿਹੜਾ ਕਿ ਇਹ ਜਿਹੜਾ ਫੈਸਲਾ ਜਿਹੜਾ ਹੋ ਜਾਵੇ। ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਹੈਗਾ ਹੈ, ਉਹਨਾਂ ਨੂੰ ਸਵਾਲ ਕੀਤਾ ਸੀਗਾ ਸੀ ਕਿ ਡੋਪ ਟੈਸਟ ਦੀ ਮੰਗ ਜਿਹੜੀ ਹੈਗੀ ਕੁਲਵੀਰ ਸਿੰਘ ਜੀਰਾ ਵੱਲੋਂ ਕੀਤੀ ਗਈ ਹੈਗੀ, ਉਹ ਕਹਿੰਦੇ ਕਿ ਜ਼ਰੂਰ ਕਰਵਾਓ, ਲੇਕਿਨ ਕਾਂਗਰਸੀ ਨਾਲ ਆਪਣੇ ਖੂਨ ਦਾ ਟੈਸਟ ਕਰਵਾਉਣਗੇ ਉਹ ਪੰਥਕ ਹੈਗੇ। ਗੱਲ ਇਹ ਆ ਕਿ ਹੈਗੇ ਨੇ ਵਿਰਸਾ ਸਿੰਘ ਬਲਟੋਹਾ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਦਾ, ਮੇਰੀ ਤਾਂ ਚੌਥੀ ਪੀੜ੍ਹੀ ਹੈ ਅਤੇ ਵਿਰਸਾ ਸਿੰਘ ਬਲਟੋਹਾ ਵੀ ਜਾਣਦਾ, ਅਤੇ ਵਿਰਸਾ ਸਿੰਘ ਬਲਟੋਹਾ ਦੇ ਘਰ 'ਚ ਪੂਰਨ ਗੁਰਸਿੱਖ ਹੀ ਹੈ ਨਹੀਂ, ਇਹਦੇ ਭਰਾ ਵੇਖ ਲਓ, ਇਹ ਵੇਖ ਲਓ, ਔਰ ਮੈਂ ਹੁਣ ਘਰ ਤੱਕ ਜਾਣਾ ਨਹੀਂ ਚਾਹੁੰਦਾ ਗਾ। ਇਹ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰੇ ਕਿ ਇਹ 'ਚੋਂ ਕਹਿੰਦਾ ਕਿ ਮੈਂ ਪੰਥ ਵਾਲਾ ਰੌਲਾ ਪਾਇਆ, ਪੰਥ ਵਾਲਾ ਨਹੀਂ ਬਣਿਆ ਜਾਂਦਾ, ਇਹਦੇ ਨਾਂ ਨਾਲ ਅੱਜ ਵੀ ਵਿਰਸਾ ਸਿੰਘ ਹੀ ਲੱਗਦਾ, ਜਥੇਦਾਰ ਨਹੀਂ ਲੱਗਦਾ। ਅਤੇ ਸਾਡੀ ਜਿਹੜੀ ਹੈ ਚੌਥੀ ਪੀੜ੍ਹੀ ਹੋ ਗਈ ਹੈ, ਪਹਿਲਾਂ ਮੇਰੇ ਦਾਦਾ ਜੀ ਸਵਰਗਵਾਸੀ ਜਹੇਦਾਰ ਉਜਾਗਰ ਸਿੰਘ ਜੀ, ਫਿਰ ਉਸ ਤੋਂ ਬਾਅਦ ਮੇਰੇ ਪੜਦਾਦਾ ਜੀ ਜਹੇਦਾਰ ਉਜਾਗਰ ਸਿੰਘ ਜੀ, ਫਿਰ ਮੇਰੇ ਦਾਦਾ ਜੀ ਜਹੇਦਾਰ ਗੁਰਦੀਪ ਸਿੰਘ ਜੀ ਜੋ ਮੈਂਬਰ SGPC 27 ਸਾਲ ਰਹੇ, ਫਿਰ ਮੇਰੇ ਪਿਤਾ ਜੀ ਸਵਰਗਵਾਸੀ ਜਹੇਦਾਰ ਇੰਦਰਜੀਤ ਸਿੰਘ ਜੀ ਦਾ, ਔਰ ਜਥੇਦਾਰ ਪੀੜ੍ਹੀ ਦਰ ਲੱਗਦਾ ਹੁੰਦਾ, ਔਰ ਇਹਨਾਂ ਨੇ ਤਾਂ ਹੁਣ ਆਣ ਕੇ ਜਿਹੜਾ ਕਿ ਕੁਰਸੀਆਂ ਵਾਲੀ ਜਿਹੜਾ ਉਹ ਅੰਮ੍ਰਿਤ ਛਕੇ ਨੇ। ਇਸ ਕਰਕੇ ਮੈਂ ਗੱਲ ਕਹਿੰਦਾ ਕਿ ਇਹ ਤਾਂ ਪੰਥਕ ਨਹੀਂ, ਅੱਤਵਾਦੀ ਜ਼ਰੂਰ। ਇਹ ਸਭ ਇੱਕ ਹੁਣ ਤੁਸੀਂ ਜਦੋਂ ਸਪੀਚ ਕਰ ਰਹੇ ਸੀਗੇ ਤੁਸੀਂ ਕਿਹਾ ਹੈਗਾ ਕਿ ਅਸੀਂ
ਆਪਣੇ ਨੌਜਵਾਨਾਂ ਨੂੰ 84 ਵਾਲੇ ਦੌਰ ਦੇ ਵੱਲ ਨਹੀਂ ਤੱਕਣਾ ਚਾਹੁੰਦੇ, ਕਿਹਦੇ ਬਾਰੇ ਗੱਲ ਕਰ ਰਹੇ? ਗੱਲ ਇਹ ਆ ਕਿ ਅੱਜ ਲੋਕ ਇਹ ਚਾਹੁੰਦੇ ਨੇ, ਅੱਜ ਲੋਕ ਚਾਹੁੰਦੇ ਆ ਨਸ਼ਾ ਖਤਮ ਹੋਣਾ ਚਾਹੀਦਾ, ਅੱਜ ਲੋਕ ਚਾਹੁੰਦੇ ਆ ਪੰਜਾਬ 'ਚ ਅਮਨ ਅਤੇ ਸ਼ਾਂਤੀ ਚਾਹੀਦੀ ਹੈ। ਔਰ ਜੋ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਦੇ ਬੱਚੇ ਗਲਤ ਰਾਹ 'ਤੇ ਪਾਇਆ ਗਿਆ, ਜੋ ਤੁਸੀਂ ਵੇਖਿਆ ਕਿ ਕਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹਦੀ ਆੜ ਦੇ ਵਿੱਚ ਉਹਨੂੰ ਥਾਣੇ ਲੈ ਕੇ ਜਾਣਾ, ਮੈਂ ਬਾਣੇ ਦਾ ਸਤਿਕਾਰ ਕਰਦਾ, ਕਿੰਨਾ ਵੱਲੋਂ ਸਾਰੀ ਦੁਨੀਆ ਹੀ ਜਾਣਦੀ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਸਾਹਿਬ ਦਾ ਅਸੀਂ ਆਸ਼ੀਰਵਾਦ ਲੈ ਕੇ ਚੱਲਦੇ ਹਾਂ ਜਿੱਧਰ ਨੂੰ ਵੀ ਚੱਲਦੇ। ਅੱਜ ਸਾਡੇ ਲੋਕਾਂ ਦੇ ਵੀ 302 ਦੇ ਪਰਚੇ ਹੋਏ ਆ, 307 ਦੇ ਪਰਚੇ ਹੋਏ ਆ, ਪਰ ਗੱਲ ਇਹ ਆ ਕਿ ਜੇ 307 ਦੇ ਪਰਚੇ ਹੋਏ ਆ, 302 ਦੇ ਹੋਏ ਆ, ਤਾਂ ਸਾਡੇ ਲੋਕਾਂ ਨੇ ਆਪਦੇ 'ਤੇ ਚੱਲੇ ਆ, ਗੁਰੂ ਦਾ ਭਾਣਾ ਮੰਨਿਆ, ਨਾ ਕਿ ਗੁਰੂ ਨੂੰ ਲੈ ਕੇ ਅਸੀਂ ਗੁਰੂ ਦੇ ਸਿਰ ਦੇ ਉੱਤੇ ਗੁਰੂ ਨੂੰ ਲੈ ਕੇ ਅਸੀਂ ਥਾਣੇ ਵਾਲੇ ਨੂੰ ਕਦੀ ਵੀ ਰਾਣੀ ਸੀ ਕਤਲ। ਜਿਹੜਾ ਸਾਹਿਬ ਹੁਣ ਦੀ ਜੇਕਰ ਗੱਲ ਕਰੀਏ, ਜੋ ਹਾਲਾਤ ਹੈਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਸੀਟ ਦੇ ਉੱਤੇ, ਕਹਿ ਸਕਦੇ ਹਾਂ ਵਿਸ਼ਵ ਭਰ ਦੀਆਂ ਨਜ਼ਰਾਂ ਜਿਹੜੀਆਂ ਉਹ ਬਣੀਆਂ ਹੋਈਆਂ, ਕਿਹਦੇ ਨਾਲ ਦੇਖਦੇ ਹੋ ਮੁਕਾਬਲਾ ਹੈਗਾ ਤੁਹਾਡਾ? ਜਿਹੜਾ ਤੁਸੀਂ ਹੁਣ ਵਿਚਰ ਰਹੇ ਹੋ, ਚੋਣ ਪ੍ਰਚਾਰ ਤਕਰੀਬਨ ਜਿਹੜਾ ਹੈਗਾ ਵੱਖ ਵੱਖ ਹਲਕਿਆਂ ਦੇ ਵਿੱਚ ਕੀਤਾ ਵੀ ਹੈਗਾ। ਗੱਲ ਇਹ ਆ ਕਿ ਜਿੰਨੇ ਵੀ ਖੜੇ ਨੇ ਉਹ ਸਾਰੇ ਆਪੋ ਆਪਣੇ ਧਰਮ ਨੂੰ ਲੈ ਕੇ ਖੜੇ ਆ। ਔਰ ਕੁਲਬੀਰ ਸਿੰਘ ਜੀਰਾ ਕਾਂਗਰਸ ਪਾਰਟੀ ਦਾ ਉਮੀਦਵਾਰ, ਔਰ ਜਿਹੜੀ ਕਾਂਗਰਸ ਪਾਰਟੀ ਦਾ ਗੁਲਦਸਤਾ ਹੈ, ਇਹਦੇ ਵਿੱਚ ਹਰ ਤਰ੍ਹਾਂ ਦਾ ਫੁੱਲ ਆ, ਹਿੰਦੂ ਵੀ ਆ, ਸਿੱਖ ਵੀ ਆ, ਮੁਸਲਮਾਨ ਵੀ ਆ, ਇਸਾਈ ਵੀ। ਔਰ ਮਹਿਕ ਜਿਹੜੀ ਹਮੇਸ਼ਾ ਗੁਲਦਸਤੇ ਦੀ ਹੁੰਦੀ ਹੈ, ਇਕੱਲਾ ਫੁੱਲ ਕਦੀ ਗੁਲਦਸਤਾ ਨਹੀਂ ਬਣ ਸਕਦਾ, ਇਸ ਕਰਕੇ ਅਸੀਂ ਗੁਲਦਸਤਾ ਬਣਾਇਆ ਅਤੇ ਗੁਲਦਸਤਾ ਦੀ ਖੁਸ਼ਬੂ ਇਸੇ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਫੈਲੀ।